जहाँ बरकतें मिलती हैं, जहाँ बरकतें मिलती हैं, आओ खुदावंद के घर चले। जहाँ नेमतें मिलती हैं, जहाँ नेमतें मिलती हैं, आओ खुदावंद के घर चले, आओ खुदावन के घर चले। ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ, ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ, ਇਹ ਸੌ ਦਿਨਾਂ ਤੋਂ ਚੰਗਾ ਏ। ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ, ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ, ਇਹ ਸੌ ਦਿਨਾਂ ਤੋਂ ਚੰਗਾ ਏ। ਮੇਰਾ ਮਨ ਤੇਰੀ ਬਾਣੀ ਵਿੱਚ ਲੱਗ ਜਾਵੇ, ਮੇਰਾ ਮਨ ਤੇਰੀ ਬਾਣੀ ਵਿੱਚ ਰੰਗ ਜਾਵੇ, ਇਹ ਸੌ ਦਿਨਾਂ ਤੋਂ ਚੰਗਾ ਏ। ਜਿਹੜਾ ਦਿਨ ਤੇਰੇ ਚਰਨਾਂ 'ਚ ਲੰਘ ਜਾਵੇ, ਸੌ ਦਿਨਾਂ ਤੋਂ ਚੰਗਾ ਏ। ਪਾ ਕੇ ਤੇਰਾ ਆਤਮਾ ਮੈਂ ਨਮਰੀ ਹੋ ਜਾਵਾਂ, ਪਾ ਕੇ ਤੇਰਾ ਆਤਮਾ ਮੈਂ ਨਮਰ ਹੋ ਜਾਵਾਂ, ਪਾ ਕੇ ਤੇਰਾ ਆਤਮਾ ਮੈਂ ਨਮਰੀ ਹੋ ਜਾਵਾਂ, ਪਾ ਕੇ ਤੇਰਾ ਆਤਮਾ ਮੈਂ ਨਮਰ ਹੋ ਜਾਵਾਂ, ਮੈਂ ਵੀ ਤੇਰੇ ਮਾਰਗਾਂ ਦੇ ਮਗਰੀ ਹੋ ਜਾਵਾਂ, ਮੈਂ ਵੀ ਤੇਰੇ ਮਾਰਗਾਂ ਦੇ ਮਗਰ ਹੋ ਜਾਵਾਂ, ਮਗਰ ਹੋ ਜਾਵਾਂ, ਮਗਰ ਹੋ ਜਾਵਾਂ, ਦੂਰ ਹੋ ਮੇਰੇ ਅੰਦਰੋਂ ਘਮੰਡ ਜਾਵੇ, ਦੂਰ ਹੋ ਮੇਰੇ ਅੰਦਰੋਂ ਘਮੰਡ ਜਾਵੇ, ਇਹ ਸੌ ਦਿਨਾਂ ਤੋਂ ਚੰਗਾ ਏ। ਜਿਹੜਾ ਦਿਨ ਤੇਰੇ ਚਰਨਾਂ 'ਚ ਲੰਘ ਜਾਵੇ, ਪ੍ਰਭੂ ਲਈ ਇੱਕ ਨਵਾਂ ਗੀਤ ਗਾਓ, ਸਾਰੇ ਜੋ ਜ਼ਮੀਨ ਦੇ ਹੋ ਪ੍ਰਭੂ ਲਈ ਗਾਓ। ਉਸ ਦੀ ਹਜ਼ੂਰੀ ਵਿੱਚ ਹੇ ਪ੍ਰਤਾਪ ਅਤੇ ਜਲਾਲ, ਉਸ ਦੀ ਪਾਕ ਜਗ੍ਹਾ ਉੱਤੇ ਸ਼ਕਤੀ ਅਤੇ ਇੱਜ਼ਤ ਹਨ। ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ।
ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਸਾਨੂੰ ਪਛਤਾਵੇ ਦੇ ਲਈ ਸੱਦਾ ਦਿੱਤਾ ਜਾ ਰਿਹਾ ਕਿ ਅਸੀਂ ਪਛਤਾਵਾ ਕਰੀਏ, ਆਪਣੇ ਗੁਨਾਹਾਂ 'ਤੇ ਮਾਫ਼ੀ ਮੰਗੀਏ, ਆਪਣੀਆਂ ਭੈੜੀਆਂ ਵਿਉਂਤਾਂ ਨੂੰ ਖਤਮ ਕਰੀਏ, ਆਪਣੇ ਦਿਲ ਵਿਚਲੀ ਨਫ਼ਰਤ ਨੂੰ ਖਤਮ ਕਰ ਦੇਈਏ ਤਾਂ ਸਾਨੂੰ ਮੁਕਤੀ ਮਿਲੇਗੀ, ਸਾਨੂੰ ਮਾਫ਼ੀ ਮਿਲੇਗੀ, ਸਾਡਾ ਨਿਆਂ ਚੰਗਾ ਹੋਵੇਗਾ। ਅਤੇ ਇਸ ਲਈ ਸਾਨੂੰ ਆਪਣੇ ਵੱਲ ਛਾਤੀ ਮਾਰਨ ਦੀ ਲੋੜ ਹੈ। ਅਸੀਂ ਗੁਨਾਹਗਾਰ ਹਾਂ, ਇਸ ਲਈ ਸਾਨੂੰ ਪਛਤਾਵੇ ਲਈ ਸੱਦਾ ਦਿੱਤਾ ਜਾਂਦਾ। ਅਸੀਂ ਆਪਣੇ ਦਿਲਾਂ ਵਿੱਚ, ਆਪਣੇ ਮਨਾਂ ਵਿੱਚ, ਆਪਣੀ ਸੋਚ ਨਾਲ, ਆਪਣੇ ਖਿਆਲਾਂ ਨਾਲ ਕਿਤੇ ਨਾ ਕਿਤੇ ਗੁਨਾਹ ਕਰਦੇ ਰਹਿੰਦੇ ਹਾਂ। ਚਾਹੇ ਉਹ ਇੱਕ ਸੋਚ ਵੱਲ ਲਾਲਚ ਹੋਵੇ, ਚਾਹੇ ਇੱਕ ਸੋਚ ਨਾਲ ਅਸੀਂ ਦੂਸਰਿਆਂ ਪ੍ਰਤੀ ਨਿੰਦਾ ਜਾਂ ਬਰਬਾਦੀ ਜਾਂ ਹੋਰ ਕਈ ਤਰ੍ਹਾਂ ਦੇ ਖਿਆਲਾਤ ਰੱਖਦੇ ਹਾਂ ਜਿਸ ਦੇ ਨਾਲ ਅਸੀਂ ਆਪਣੇ ਦਿਲਾਂ ਵਿੱਚ ਗੁਨਾਹ ਕਰਦੇ ਹਾਂ। ਇਸ ਲਈ ਅਸੀਂ ਖੁਦਾ ਦੇ ਸਾਹਮਣੇ ਗੁਨਹਗਾਰ ਇਨਸਾਨ। ਨਿਨਵੇ ਦੇ ਲੋਕ ਭਟਕ ਗਏ ਸਨ, ਨਿਨਵੇ ਦੇ ਲੋਕ, ਉਹਨਾਂ ਦੇ ਮਨ ਕਠੋਰ ਹੋ ਗਏ ਸਨ। ਖੁਦਾ ਉਹਨਾਂ ਨੂੰ ਜੋਨਾ ਨਬੀ ਦੇ ਦੁਆਰਾ ਸੰਦੇਸ਼ ਭੇਜਦਾ ਹੈ ਅਤੇ ਸਾਨੂੰ ਵੀ ਖੁਦਾ ਅੱਜ ਸੱਦਾ ਦਿੰਦਾ ਹੈ। ਜ਼ਬੂਰ ਇਹ ਦੱਸਦਾ ਹੈ ਅੱਜ ਦਾ ਕਿ ਆਪਣੇ ਦਿਲ ਕਠੋਰ ਨਾ ਕਰੋ। ਆਓ ਅਸੀਂ ਆਪਣੇ ਦਿਲਾਂ ਨੂੰ ਨਰਮ ਬਣਾਈਏ, ਖੁਦਾ ਦੀ ਆਵਾਜ਼ ਨੂੰ ਸੁਣੀਏ ਅਤੇ ਆਪਣੇ ਪਾਪਾਂ ਦਾ ਪਛਤਾਵਾ ਕਰਦੇ ਹੋਏ ਆਪਣੇ ਦਿਲ ਨੂੰ ਸਾਫ ਕਰੀਏ ਅਤੇ ਇਸ ਕੁਰਬਾਨੀ ਨੂੰ ਛਡਾਈਏ। ਇੱਕ ਬਾਲੇ ਕਰਦਾ ਪੂਰੀ ਕੁਦਰਤ ਵਾਲੇ ਖੁਦਾ ਤੇ ਪੈਣਾ ਪ੍ਰਾਵਾਂ ਦੇ ਅਗੇ ਮੈਂ ਇੱਕ ਬਾਲੇ ਕਰਦਾ ਆਪਣੇ ਵੱਡੇ ਦੋਸ਼ ਦੇ ਨਾਲ
ਅਨਸਦਾ ਜੁਬਾਨੀ ਮਰੀਅਮ ਤੇ ਸਾਰੇ ਫਰਿਸ਼ਤਿਆਂ ਸੰਤਾਂ ਅੱਗੇ ਤੇ ਪੈਣਾ ਤਾਵਾਂ ਦੇ ਅੱਗੇ ਮੈਂ ਹੁਣ ਬੇਨਤੀ ਕਰਦਾ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਏ ਪ੍ਰਭੂ ਦਇਆ ਕਰੋ, ਏ ਪ੍ਰਭੂ ਦਇਆ ਕਰੋ, ਪ੍ਰਭੂ ਦਇਆ ਕਰੋ, ਏ ਮਸੀਹਾ 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 ਦਇਆ ਕਰੋ, ਸਵਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ ਦੀ, ਧਰਤੀ ਉੱਤੇ ਨੇਕ ਨੀਅਤ ਲੋਕਾਂ ਦੇ ਵਿੱਚ ਸ਼ਾਂਤੀ, ਸਵਰਗ ਦੇ ਵਿੱਚ ਵਡਿਆਈ
ਗੁਣ ਅਸੀਂ ਤੇਰੇ ਗਾਉਂਦੇ ਹਾਂ ਤੇ ਤਨ ਤਨ ਤੈਨੂੰ ਕਹਿੰਦੇ ਹਾਂ ਕਰਦੇ ਹਾਂ ਆਰਾਧਨਾ ਤੇ ਮਹਿਮਾ ਤੇਰੀ ਗਾਉਂਦੇ ਹਾਂ ਤੇਰੀ ਵੱਡੀ ਸ਼ਾਨ ਕਰਨ ਸ਼ੁਕਰ ਤੇਰਾ ਅਸੀਂ ਕਰਦੇ ਹਾਂ ਸਵਰਗ ਤੇ ਪਾਤਸ਼ਾਹ ਖੁਦਾ ਬਾਪ ਕੁਦਰਤ ਵਾਲੇ ਖੁਦਾ ਸਵਰਗ ਦੇ ਵਿੱਚ ਵਡਿਆ ਯੇਸ਼ੂ ਮਸੀਹ ਇਕਲੌਤੇ ਬੇਟੇ ਬਾਪ ਦੇ ਬੇਟੇ ਪ੍ਰਭੂ ਖੁਦਾ ਬਾਪ ਦਾ ਬੇਟਾ ਦੁਨੀਆ ਦੇ ਪਾਪਾਂ ਨੂੰ ਚੁੱਕ ਲੈ ਜਾਂਦਾ ਹੈ ਮਿੰਨਤਾਂ ਸੁਣ ਲੈ ਸਾਡੀਆਂ ਤੋਂ ਬਾਪ ਦੇ ਸੱਜੇ ਬੈਠਾ ਹੈ ਪਰਮੇਸ਼ਵਰ ਹੈ ਪਰਮੋ ਚਾਹੇ ਐ ਖੁਦਾ ਹੈ ਮਸੀਹਾ ਸ਼ਾਨ ਵਿੱਚ ਤੂੰ ਪਾਪ ਤੇ ਰੂਪਾਤਨਾ ਸਵਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ ਦੀ ਕਰਦੇ ਹੋ ਤੇ ਨੇਕਨੀਅਤ ਲੋਕਾਂ ਦੇ ਵਿੱਚ ਸ਼ਾਂਤੀ ਸਵਰਗ ਦੇ ਵਿੱਚ ਵਡਿਆ ਅਸੀਂ ਪ੍ਰਾਰਥਨਾ ਕਰੀਏ ਹੈ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ ਆਪਣੀ ਪਾਕ ਮਰਜ਼ੀ ਮੁਤਾਬਕ ਸਾਡੇ ਕਰਮਾਂ ਦੀ ਅਗਵਾਈ ਕਰ ਤਾਂ ਜੋ ਤੇਰੇ ਅਤ ਪਿਆਰੇ ਬੇਟੇ ਦੇ ਨਾਮ ਉੱਤੇ ਅਸੀਂ ਨੇਕ ਕੰਮਾਂ ਵਿੱਚ ਭਰਪੂਰ ਹੋਈਏ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੀਨ ਬਾਪ ਬੇਟਾ
ਪਾਠ ਪਹਿਲਾ ਜੋਨਾ ਨਬੀ ਦਾ ਗ੍ਰੰਥ ਉਹਦਾ 3 ਅਧਿਆਏ 1 ਐਤ ਤੋਂ 5, 5 ਤੋਂ 10 ਆਇਤ ਤੱਕ। ਤਦ ਪ੍ਰਭੂ ਦੀ ਬਾਣੀ ਜੋਨਾ ਕੋਲ ਦੂਜੀ ਵਾਰੀ ਪਹੁੰਚੀ। ਇਸ ਵਾਰ ਉਸਨੂੰ ਉਸ ਬਾਣੀ ਅਨੁਸਾਰ ਇਹ ਦੈਵੀ ਸੰਦੇਸ਼ ਮਿਲਿਆ, ਉੱਠ ਅਤੇ ਵੱਡੇ ਨਗਰ ਨਿਨਵੇ ਨੂੰ ਜਾ ਅਤੇ ਉਸਦੇ ਨਿਵਾਸੀ ਨੂੰ ਉਹ ਸੰਦੇਸ਼ ਦੇ ਜੋ ਮੈਂ ਤੈਨੂੰ ਪਹਿਲਾਂ ਦਿੱਤਾ ਸੀ। ਜੋਨਾ ਪ੍ਰਭੂ ਦੀ ਬਾਣੀ ਅਨੁਸਾਰ ਉੱਠਿਆ ਅਤੇ ਨਿਨਵੇ ਨਗਰ ਨੂੰ ਗਿਆ। ਨਿਨਵੇ ਨਗਰ ਇੰਨਾ ਵੱਡਾ ਸੀ, ਇਸਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਵਿੱਚ ਪੂਰੇ 3 ਦਿਨ ਲੱਗਦੇ ਸਨ। ਇਸ ਲਈ ਜੋਨਾ ਨੇ ਨਗਰ ਦਾ ਸਫ਼ਰ ਸ਼ੁਰੂ ਕਰ ਦਿੱਤਾ। ਉਸਨੇ ਦਿਨ ਭਰ ਦੇ ਸਫ਼ਰ ਵਿੱਚ ਨਗਰ ਨਿਵਾਸੀਆਂ ਨੂੰ ਇਸ ਤਰ੍ਹਾਂ ਪੁਕਾਰ ਕੇ ਕਿਹਾ, ਕੇਵਲ 40 ਦਿਨ ਰਹਿ ਗਏ ਹਨ, ਫਿਰ ਨਿਨਵੇ ਨਗਰ ਤਬਾਹ ਕਰ ਦਿੱਤਾ ਜਾਵੇਗਾ। ਇਹ ਸੁਣ ਕੇ ਨਿਨਵੇ ਨਿਵਾਸੀਆਂ ਨੇ ਖੁਦਾ 'ਤੇ ਵਿਸ਼ਵਾਸ ਕੀਤਾ ਅਤੇ ਉਹ ਸਭ ਨੇ ਮਿਲ ਕੇ ਵਰਤ ਰੱਖਣ ਦਾ ਫੈਸਲਾ ਕੀਤਾ। ਇੱਥੋਂ ਤੱਕ ਕਿ ਹਰ ਮਨੁੱਖ ਨੇ ਵੱਡੇ ਤੋਂ ਲੈ ਕੇ ਛੋਟੇ ਤੱਕ ਟਾਟ ਪਹਿਨ ਲਿਆ, ਇਹ ਪ੍ਰਗਟ ਹੋਵੇ ਕਿ ਉਹਨਾਂ ਨੇ ਆਪਣੀ ਬੁਰਾਈ ਨੂੰ ਛੱਡ ਦਿੱਤਾ ਹੈ। ਜਦੋਂ ਖੁਦਾ ਨੇ ਇਹ ਸਭ ਕੁਝ ਹੁੰਦਾ ਵੇਖਿਆ, ਉਹਨਾਂ ਨੇ ਆਪਣੇ ਬੁਰੇ ਕੰਮ ਛੱਡ ਦਿੱਤੇ ਹਨ, ਇਸ ਲਈ ਉਸਨੇ ਵੀ ਆਪਣਾ ਫੈਸਲਾ ਬਦਲ ਦਿੱਤਾ ਅਤੇ ਉਹਨਾਂ ਨੂੰ ਉਹ ਬੁਰਾ ਵਕਤ ਵਰਤਾਉਣ ਨਾ ਕੀਤਾ ਜਿਸ ਦੇ ਲਈ ਉਸਨੇ ਫੈਸਲਾ ਕੀਤਾ ਸੀ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਸਿਖਾਵਾਂਗਾ ਤੈਨੂੰ ਵੇਖਾਵਾਂਗਾ ਰੱਬ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ। ਸਿਖਾਵਾਂਗਾ ਤੈਨੂੰ ਵੇਖਾਵਾਂਗਾ ਰੱਬ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ। ਮੇਰੀ ਅੱਖੀਆਂ ਤੈਨੂੰ ਵੇਖਣ ਸਦਾ। ਮੇਰੀ ਅੱਖੀਆਂ ਤੈਨੂੰ ਵੇਖਣ ਸਦਾ। ਨਾ ਹੋ ਕੋਣੀਆਂ ਖਚਰਾ ਵਾਂਗ ਤੂੰ, ਨਾ ਹੋ ਕੋੜਿਆਂ ਖਚਰਾ ਵਾਂਗ ਤੂੰ, ਨਾ ਹੋ ਕੋੜਿਆਂ ਖਚਰਾ ਵਾਂਗ ਤੂੰ, ਨਾ ਹੋ ਕੋੜਿਆਂ ਖਚਰਾ ਵਾਂਗ ਤੂੰ। ਇਹ ਕੁਝ ਵੀ ਨਹੀਂ ਹੈ ਸਮਝ ਉਹਨਾਂ ਨੂੰ, ਇਹ ਕੁਝ ਵੀ ਨਹੀਂ ਹੈ ਸਮਝ ਉਹਨਾਂ ਨੂੰ। ਸਿਖਾਵਾਂਗਾ ਤੈਨੂੰ ਵੇਖਾਵਾਂਗਾ ਰੱਬ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ। ਸਿਖਾਵਾਂਗਾ ਤੈਨੂੰ ਵੇਖਾਵਾਂਗਾ ਰੱਬ, ਮੇਰੀ
ਅੱਖੀਆਂ ਤੈਨੂੰ ਵੇਖਣ ਸਦਾ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ। ਪਾਠ ਦੂਸਰਾ। ਸੰਤ ਪੌਲਸ ਵਿਸ਼ਵਾਸੀਆਂ ਨੂੰ ਚੇਤੇ ਕਰਵਾਉਂਦੇ ਹਨ ਕਿ ਉਹਨਾਂ ਨੂੰ ਵਿਹਲੇ ਬੈਠ ਕੇ ਪ੍ਰਭੂ ਦੇ ਆਉਣ ਦੀ ਉਡੀਕ ਨਹੀਂ ਕਰਨੀ ਚਾਹੀਦੀ। ਉਹ ਹਰ ਮੁਮਕਿਨ ਕੋਸ਼ਿਸ਼ ਕਰਦੇ ਰਹਿਣ, ਜਿਸ ਨਾਲ ਉਹਨਾਂ ਦੀ ਆਤਮਾ ਵਿੱਚ ਖੁਦਾ ਦਾ ਨੂਰ ਚਮਕਦਾ ਰਹੇ। ਕੁਰੰਥੀਆਂ ਦੇ ਨਾਮ ਸੰਤ ਪੌਲਸ ਦਾ ਪਹਿਲਾ ਪੱਤਰ, ਉਸਦਾ 7:25-31 ਅਜ ਤੱਕ। ਹੁਣ ਕੁਆਰੀਆਂ ਦੇ ਬਾਰੇ, ਮੈਨੂੰ ਪ੍ਰਭੂ ਵੱਲੋਂ ਤਾਂ ਕੋਈ ਹੁਕਮ ਨਹੀਂ ਮਿਲਿਆ, ਪਰ ਮੈਂ ਪ੍ਰਭੂ ਦੀ ਦਇਆ ਨਾਲ ਇਤਬਾਰ ਯੋਗ ਹੋਣ ਕਰਕੇ ਆਪਣੀ ਰਾਏ ਦਿੰਦਾ ਹਾਂ। ਮੈਂ ਸਮਝਦਾ ਹਾਂ ਕਿ ਮੌਜੂਦਾ ਔਂਕੜਾਂ ਨੂੰ ਦੇਖਦੇ ਹੋਏ ਇਹ ਚੰਗਾ ਹੈ ਕਿ ਮਨੁੱਖ ਜਿਸ ਹਾਲਤ ਵਿੱਚ ਹੈ ਉਸੇ ਹਾਲਤ ਵਿੱਚ ਰਹੇ। ਕੀ ਤੁਸੀਂ ਪਤਨੀ ਨਾਲ ਵਿਆਹੇ ਹੋਏ ਹੋ ਤਾਂ ਉਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਨਾ ਕਰੋ। ਕੀ ਤੁਸੀਂ ਪਤਨੀ ਤੋਂ ਆਜ਼ਾਦ ਹੋ ਤਾਂ ਪਤਨੀ ਪਾਉਣ ਦੀ ਇੱਛਾ ਨਾ ਰੱਖੋ। ਪਰ ਜੇਕਰ ਤੁਸੀਂ ਵਿਆਹ ਕਰਦੇ ਹੋ ਤਾਂ ਇਸ ਵਿੱਚ ਕੋਈ ਪਾਪ ਨਹੀਂ ਹੈ, ਅਤੇ ਜੇਕਰ ਕੁਆਰੀ ਵਿਆਹ ਕਰਦੀ ਹੈ ਤਾਂ ਉਹ ਪਾਪ ਨਹੀਂ ਕਰਦੀ ਹੈ। ਪਰ ਨਾਲ ਹੀ ਵਿਆਹ ਕਰਨ ਵਾਲੇ ਲੋਕ ਇਸ ਜੀਵਨ ਦੀ ਤੰਗੀ ਵਿੱਚ ਫਸਣਗੇ, ਅਤੇ ਮੈਂ ਤੁਹਾਨੂੰ ਉਸ ਤੋਂ ਬਚਾਉਣਾ ਚਾਹੁੰਦਾ ਹਾਂ। ਭਰਾਓ, ਮੇਰੇ ਕਹਿਣ ਦਾ ਅਰਥ ਹੈ, ਨਿਸ਼ਚਿਤ ਕੀਤਾ ਸਮਾਂ ਥੋੜ੍ਹਾ ਹੀ ਰਹਿ ਗਿਆ ਹੈ। ਹੁਣ ਤੋਂ ਚਾਹੀਦਾ ਹੈ ਕਿ ਜਿਨ੍ਹਾਂ ਦੀਆਂ ਪਤਨੀਆਂ ਹਨ ਉਹ ਇਸ ਤਰ੍ਹਾਂ ਰਹਿਣ ਜਿਵੇਂ ਕਿ ਪਤਨੀਆਂ ਨਹੀਂ ਹਨ, ਅਤੇ ਜੋ ਸੋਗ ਕਰਦੇ ਹਨ ਜਿਵੇਂ ਕਿ ਉਹ ਸੋਗ ਨਹੀਂ ਕਰਦੇ, ਅਤੇ ਜੋ ਖੁਸ਼ੀ ਮਨਾਉਂਦੇ ਹਨ ਜਿਵੇਂ ਕਿ ਉਹ ਖੁਸ਼ੀ ਨਹੀਂ ਮਨਾਉਂਦੇ ਹਨ, ਅਤੇ ਜੋ ਖਰੀਦ ਰਹੇ ਹਨ ਉਹ ਇਸ ਤਰ੍ਹਾਂ ਕਰਨ ਜਿਵੇਂ ਕਿ ਉਹਨਾਂ ਦੀ ਮਾਲਕੀ ਨਹੀਂ ਹੈ, ਅਤੇ ਜੋ ਦੁਨੀਆ ਨਾਲ ਲੈਣ ਦੇਣ ਕਰਦੇ ਹਨ ਜਿਵੇਂ ਕਿ ਉਹ ਨਹੀਂ ਕਰਦੇ ਹਨ। ਕਿਉਂਕਿ ਦੁਨੀਆ ਜੋ ਅਸੀਂ ਵੇਖ ਰਹੇ ਹਾਂ ਉਸਦਾ ਸਰੂਪ ਬਦਲ ਰਿਹਾ ਹੈ। ਪ੍ਰਭੂ ਦੀ ਪਾਕ ਬਾਣੀ। ਖੁਦਾ ਦਾ ਸ਼ੁਕਰ ਹੋਵੇ। ਘਰ ਘਰ ਮੈਂ ਅੰਜੀਲ ਸੁਣਾਏਗੇ, ਪਿਆਰੇ ਯਿਸੂ ਕਾ ਨਾਮ ਬਤਾਏਗੇ। ਘਰ ਘਰ ਮੈਂ ਅੰਜੀਲ ਸੁਣਾਏਗੇ, ਪਿਆਰੇ ਯਿਸੂ ਕਾ ਨਾਮ ਬਤਾਏਗੇ। ਐਸਾ ਛੇੜੇਗੇ ਮਿਲ ਕਰ ਤਰਾਨਾ, ਜਾਗ ਉੱਠੇਗਾ ਸਾਰਾ ਜ਼ਮਾਨਾ। ਛੇੜੇਗੇ ਮਿਲ ਕਰ ਤਰਾਨਾ, ਜਾਗੇ ਉੱਠੇਗਾ ਸਾਰਾ ਜ਼ਮਾਨਾ। ਭੋਲੇ ਭਟਕੋ ਕੋ ਰਾਹ ਪਰ ਲਾਏਗੇ, ਪਿਆਰੇ ਯਿਸੂ ਕਾ ਨਾਮ ਬਤਾਏਗੇ। ਘਰ ਘਰ ਮੇਂ ਅੰਜੀਲ ਸੁਣਾਏਗੇ, ਪਿਆਰੇ ਯਿਸੂ ਕਾ ਨਾਮ ਬਤਾਏਗੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ।
ਪਾਠ ਪਵਿੱਤਰ ਅੰਜੀਲ ਦਾ ਸੰਤ ਮਰਕੁਸ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਫਿਰ ਯਹੂਨਾ ਦੇ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਯਿਸੂ ਗਲੀਲ ਵਿੱਚ ਆਇਆ ਅਤੇ ਇਹ ਕਹਿੰਦੇ ਹੋਏ ਖੁਦਾ ਦੀ ਖੁਸ਼ਖਬਰੀ ਦਾ ਐਲਾਨ ਕਰਨ ਲੱਗਾ, ਸਮਾਂ ਪੂਰਾ ਹੋ ਗਿਆ ਹੈ, ਖੁਦਾ ਦਾ ਰਾਜ ਨੇੜੇ ਹੈ, ਪਛਤਾਵਾ ਕਰੋ ਅਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਗਲੀਲ ਦੇ ਸਮੁੰਦਰ ਦੇ ਕੰਢੇ ਉੱਤੇ ਚੱਲਦੇ ਚੱਲਦੇ ਯਿਸੂ ਨੇ ਸ਼ਮਾਉਨ ਅਤੇ ਉਸਦੇ ਭਰਾ ਅੰਦਰਿਆਸ ਨੂੰ ਸਮੁੰਦਰ ਵਿੱਚ ਜਾਲ ਲਾਉਂਦੇ ਵੇਖਿਆ, ਕਿਉਂਕਿ ਉਹ ਮਛਿਆਰੇ ਸਨ। ਯਿਸੂ ਨੇ ਉਹਨਾਂ ਨੂੰ ਕਿਹਾ, ਮੇਰੇ ਪਿੱਛੇ ਚੱਲੋ, ਮੈਂ ਤੁਹਾਨੂੰ ਮਨੁੱਖਾਂ ਦੇ ਮਛਿਆਰੇ ਬਣਾਵਾਂਗਾ। ਉਹ ਤੁਰੰਤ ਜਾਲ ਛੱਡ ਕੇ ਉਸਦੇ ਪਿੱਛੇ ਤੁਰ ਪਏ। ਉਹ ਥੋੜ੍ਹਾ ਹੀ ਅੱਗੇ ਵਧਿਆ ਅਤੇ ਉਸਨੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸਦੇ ਭਰਾ ਯਹੂਨਾ ਨੂੰ ਵੇਖਿਆ, ਜੋ ਕਿਸ਼ਤੀ ਵਿੱਚ ਆਪਣੇ ਜਾਲਾਂ ਦੀ ਮੁਰੰਮਤ ਕਰ ਰਹੇ ਸਨ। ਤੁਰੰਤ ਉਸਨੇ ਉਹਨਾਂ ਨੂੰ ਸੱਦਿਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਕਿਸ਼ਤੀ ਵਿੱਚ ਭਾੜੇ 'ਤੇ ਰੱਖੇ ਨੌਕਰਾਂ ਨਾਲ ਛੱਡ ਕੇ ਉਸਦੇ ਪਿੱਛੇ ਚੱਲ ਪਏ। ਹੇ ਪ੍ਰਭੂ ਦੀ ਪਵਿੱਤਰ ਅੰਚਿਲ ਹੈ, ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਇਸ ਮਸੀਹ ਵਿੱਚ ਪਿਆਰੇ ਪ੍ਰਾਪਤ ਪੈਣੋ, ਅਸੀਂ ਅੱਜ ਪਹਿਲੇ ਪਾਠ ਵਿੱਚ ਸੁਣਿਆ ਹੈ, ਨਿਨਵੇ ਦੇ ਲੋਕਾਂ ਨੇ ਆਪਣੇ ਬੁਰੇ ਰਾਹਾਂ ਨੂੰ ਤਿਆਗਣ ਦਾ ਇਰਾਦਾ ਕੀਤਾ ਅਤੇ ਖੁਦਾ ਦੀ ਮਿਹਰ ਹਾਸਲ ਕੀਤੀ। ਨਿਨਵੇ ਦੇ ਲੋਕਾਂ ਨੇ ਖੁਦਾ ਦੇ ਵਚਨ ਉੱਤੇ ਧਿਆਨ ਕਰਕੇ ਪਛਤਾਵਾ ਕੀਤਾ ਅਤੇ ਉਹਨਾਂ ਨੇ ਖੁਦਾ ਕੋਲੋਂ ਮਾਫੀ ਪ੍ਰਾਪਤ ਕੀਤੀ। ਨਿਨਵੇ ਇੱਕ ਬਹੁਤ ਵੱਡਾ ਸ਼ਹਿਰ ਸੀ ਅਤੇ ਪਾਪ ਨਾਲ ਵੀ ਭਰਪੂਰ ਸੀ। ਖੁਦਾ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਬਦਲਣ ਦਾ। ਖੁਦਾ ਨੇ ਆਪਣਾ ਨਬੀ ਉਹਨਾਂ ਕੋਲ ਭੇਜਿਆ ਤਾਂ ਉਹਨਾਂ ਨੇ ਸੱਚਮੁੱਚ ਉਸ ਨਬੀ ਦੀ ਆਵਾਜ਼ ਨੂੰ ਸੁਣਿਆ। ਉਹਨਾਂ ਨੇ ਖੁਦਾ ਦੇ ਵਚਨ ਨੂੰ ਸੁਣਿਆ ਅਤੇ ਪਛਤਾਵਾ ਕੀਤਾ, ਆਪਣਾ ਮਨ ਬਦਲ ਲਿਆ, ਖੁਦਾ ਤੋਂ ਡਰ ਗਏ, ਖੁਦਾ ਦੀ ਚੇਤਾਵਨੀ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ, ਆਪਣੇ ਘਮੰਡ ਨੂੰ ਉਹਨਾਂ ਨੇ ਤਿਆਗ ਦਿੱਤਾ, ਮਾਫ਼ੀ ਮੰਗੀ, ਸਿਰਫ ਆਪਣੇ ਦਿਲ ਵਿੱਚ ਨਹੀਂ ਸ਼ਰੇਆਮ ਮਾਫ਼ੀ ਮੰਗੀ, ਟਾਟ ਪਹਿਨ ਕੇ ਸਵਾਹ ਮਲ ਕੇ ਅਤੇ ਖੁਦਾ ਨੇ ਉਹਨਾਂ 'ਤੇ ਮਿਹਰ ਕੀਤੀ। ਗੁਮੋਰਾ ਅਤੇ ਸੋਦੋਮ ਬਾਰੇ ਵੀ ਅਸੀਂ ਸੁਣਿਆ, ਜਿੱਥੇ ਵੀ ਬਹੁਤ ਸਾਰਾ ਗੁਨਾਹ ਸੀ। ਖੁਦਾ ਨੇ ਉਹਨਾਂ ਦੋਨਾਂ ਸ਼ਹਿਰਾਂ ਨੂੰ ਵੀ ਖਤਮ ਕਰਨ ਦੀ ਵਿਉਂਤ ਬਣਾਈ, ਪਰ ਅਬਰਾਹਮ ਨੇ ਖੁਦਾ ਅੱਗੇ ਬੇਨਤੀ ਕੀਤੀ ਕਿ ਇਹ ਖੁਦਾ, ਇਹਨਾਂ ਸ਼ਹਿਰਾਂ ਦੇ ਵਿੱਚ ਕੁਝ ਲੋਕ ਵਿਸ਼ਵਾਸੀ ਹਨ, ਤਾਂ ਕੀ ਤੂੰ ਉਹਨਾਂ ਵਿਸ਼ਵਾਸੀਆਂ ਨੂੰ ਵੀ ਇਹਨਾਂ ਸਾਰੇ ਲੋਕਾਂ ਨਾਲ ਬਰਬਾਦ ਕਰ ਦੇਂਗਾ? ਤਾਂ ਖੁਦਾ ਨੇ ਕਿਹਾ ਕਿ ਜੇਕਰ
ਕੁਝ ਵਿਸ਼ਵਾਸੀ ਲੋਕ ਇਹਨਾਂ ਸ਼ਹਿਰਾਂ ਦੇ ਵਿੱਚ ਮੈਨੂੰ ਮਿਲ ਜਾਣ, ਮੈਂ ਇਹ ਬਰਬਾਦ ਨਹੀਂ ਕਰਾਂਗਾ। ਪਰ ਉੱਥੇ ਇੱਕ ਵੀ ਵਿਸ਼ਵਾਸੀ ਨਹੀਂ ਮਿਲਿਆ ਸਿਵਾਏ ਲੂਤ ਦੇ। ਲੂਤ ਦੇ ਪਰਿਵਾਰ ਨੂੰ ਖੁਦਾ ਨੇ ਫਰਿਸ਼ਤੇ ਦੀ ਮਦਦ ਨਾਲ ਉੱਥੋਂ ਕੱਢ ਲਿਆ ਅਤੇ ਉਹ ਦੋਨੋਂ ਸ਼ਹਿਰ ਤਬਾਹ ਕਰ ਦਿੱਤੇ। ਅਤੇ ਇਹ ਹੈ ਪਛਤਾਵਾ, ਇਹ ਹੈ ਮਨ ਬਦਲਣ ਦਾ ਮਤਲਬ ਕਿ ਗੋਮੋਰਾ ਅਤੇ ਸਦੋਮ ਦੇ ਲੋਕਾਂ ਨੇ ਕਦੇ ਵੀ ਖੁਦਾ ਨੂੰ ਯਾਦ ਨਹੀਂ ਕੀਤਾ ਸੀ, ਉਹ ਭੁੱਲ ਗਏ ਸਨ, ਉੱਥੇ ਪਾਪ ਹੋਣ ਲੱਗ ਗਏ ਸੀ ਜੋ ਦਰਸਾਏ ਨਹੀਂ ਜਾ ਸਕਦੇ। ਪਰ ਫਿਰ ਵੀ ਖੁਦਾ ਅਬਰਾਹਮ ਦੀ ਦੁਆ ਸੁਣ ਕੇ ਆਪਣਾ ਨਿਰਣੇ ਬਦਲਣ ਲਈ ਤਿਆਰ ਹੋਇਆ, ਪਰ ਉੱਥੇ ਕੋਈ ਵਿਸ਼ਵਾਸੀ ਨਹੀਂ ਮਿਲਿਆ। ਹੁਣ ਦੋਨੋਂ ਸ਼ਹਿਰ ਢੇਰੀ ਕੀਤੇ ਗਏ, ਟੀ ਵਿੱਚ ਜਿਸਨੂੰ ਕਹਿੰਦੇ ਰਾਖ ਵਿੱਚ ਮਿਲਾ ਦਿੱਤੇ ਗਏ। ਅਤੇ ਇਸ ਲਈ ਪਛਤਾਵੇ ਦਾ ਮਤਲਬ ਖੁਦਾ ਕੋਲੋਂ ਫਿਰ ਆਪਣੇ ਜੀਵਨ ਨੂੰ ਪ੍ਰਾਪਤ ਕਰਨਾ। ਪਛਤਾਵਾ ਕਰਨ ਨਾਲ ਅਸੀਂ ਖੁਦਾ ਤੋਂ ਦੂਰ ਹੋ ਜਾਂਦੇ, ਗੁਨਾਹ ਕਰਨ ਨਾਲ ਅਸੀਂ ਖੁਦਾ ਤੋਂ ਦੂਰ ਹੋ ਜਾਂਦੇ, ਗੁਨਾਹ ਕਰਨ ਨਾਲ ਅਸੀਂ ਖੁਦਾ ਨੂੰ ਨਿਰਾਸ਼ ਕਰਦੇ ਹਾਂ, ਗੁਨਾਹ ਕਰਨ ਨਾਲ ਅਸੀਂ ਖੁਦ ਖੁਦਾ ਦੀਆਂ ਨਜ਼ਰਾਂ ਵਿੱਚ ਗਿਰ ਜਾਂਦੇ ਹਾਂ। ਪਰ ਖੁਦਾ ਸਾਨੂੰ ਸਿੱਧੇ ਤੌਰ 'ਤੇ ਤਬਾਹ ਨਹੀਂ ਕਰਦਾ, ਉਹ ਸਾਨੂੰ ਮੌਕਾ ਦਿੰਦਾ, ਉਹ ਸਾਨੂੰ ਬੁਲਾਵਾ ਦਿੰਦਾ ਹੈ, ਤੁਸੀਂ ਬਦਲ ਜਾਓ। ਅਤੇ ਨਿਨਵੇਂ ਦੇ ਲੋਕ ਸਾਡੇ ਲਈ ਇੱਕ ਬਹੁਤ ਵੱਡੀ ਮਿਸਾਲ ਬਣ ਜਾਂਦੇ ਨੇ ਕਿ ਉਹ ਬਦਲ ਗਏ, ਉਹਨਾਂ ਨੇ ਆਪਣੇ ਭੈੜੇ ਇਰਾਦਿਆਂ ਨੂੰ ਤਿਆਗਣ ਦੀ ਵਿਉਂਤ ਬਣਾ ਲਈ, ਉਹਨਾਂ ਨੇ ਖੁਦਾ ਦੇ ਵਚਨ ਉੱਤੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਗੁਨਾਹਾਂ ਨੂੰ ਤਿਆਗਣ ਦੇ ਲਈ ਤਿਆਰ ਹੋ ਗਏ ਅਤੇ ਖੁਦਾ ਕੋਲੋਂ ਮਾਫ਼ੀ ਮੰਗਦੇ। ਉਹ ਨਿਨਵੇਂ ਸ਼ਹਿਰ ਵੀ ਬਚ ਗਿਆ, ਨਿਨਵੇਂ ਸ਼ਹਿਰ ਦੇ ਲੋਕ ਵੀ ਬਚ ਗਏ, ਨਿਨਵੇਂ ਸ਼ਹਿਰ ਸਾਰਿਆਂ ਦੇ ਲਈ ਇੱਕ ਚੰਗੇ ਉਦਾਹਰਣ ਵੀ ਬਣ ਗਏ। ਅੱਜ ਸਾਰੀ ਜਗ੍ਹਾ ਸਾਨੂੰ ਨਿਨਵੇਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਨਿਨਵੇਂ ਦੇ ਲੋਕਾਂ ਨੇ ਮਾਫ਼ੀ ਮੰਗੀ, ਖੁਦਾ ਦੇ ਵਚਨ ਨੂੰ ਕਬੂਲ ਕਰ ਲਿਆ, ਆਪਣੇ ਆਪ ਨੂੰ ਬਦਲ ਲਿਆ ਅਤੇ ਉਹ ਪਛਾਏ ਗਏ। ਅੱਜ ਦੀ ਇੰਜੀਲ ਵਿੱਚ ਵੀ ਸਾਨੂੰ ਇਹੀ ਸੱਦਾ ਦਿੱਤਾ ਜਾਂਦਾ ਹੈ ਅਤੇ ਦੂਸਰੇ ਪਾਠ ਵਿੱਚ ਵੀ ਸਾਨੂੰ ਇਹੀ ਸੱਦਾ ਦਿੱਤਾ। ਅੰਜੀਲ ਵਿੱਚ ਦੱਸਿਆ ਗਿਆ ਕਿ ਸਮਾਂ ਥੋੜ੍ਹਾ ਹੈ, ਸਮਾਂ ਪੂਰਾ ਹੋ ਗਿਆ ਹੈ ਅਤੇ ਖੁਦਾ ਦਾ ਰਾਜ ਨੇੜੇ ਆ ਗਿਆ ਹੈ, ਪਛਤਾਵਾ ਕਰੋ ਅਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਪਛਤਾਵਾ ਕਰੋ ਅਤੇ ਖੁਸ਼ਖਬਰੀ 'ਤੇ ਈਮਾਨ ਲਿਆਓ, ਇਹ ਨਿਨਵੇਂ ਦੇ ਲੋਕਾਂ ਨੇ ਸਾਨੂੰ ਕਰਕੇ ਦਿਖਾਇਆ। ਉਹਨਾਂ ਨੇ ਖੁਸ਼ਖਬਰੀ 'ਤੇ ਵਿਸ਼ਵਾਸ ਕੀਤਾ, ਖੁਦਾ ਦੇ ਵਚਨ ਨੂੰ ਕਬੂਲ ਕੀਤਾ, ਪਛਤਾਵਾ ਕੀਤਾ, ਬਚਾਏ ਗਏ। ਅੱਜ ਸਾਨੂੰ ਯਿਸੂ ਮਸੀਹ ਵੀ ਇਹ ਸੱਦਾ ਦਿੰਦਾ ਕਿ ਖੁਦਾ ਦਾ ਰਾਜ ਨੇੜੇ ਹੈ, ਤਬਾਹੀ ਨੇੜੇ ਹੈ, ਬਚਾ ਸਕਦੇ ਹੋ ਤਾਂ ਬਚਾ ਲਓ, ਤੁਹਾਨੂੰ ਮੌਕਾ ਦਿੱਤਾ ਜਾ ਰਿਹਾ ਹੈ। ਆਪਣੇ ਬੁਰੇ ਰਾਹਾਂ ਨੂੰ ਛੱਡੋ, ਤਿਆਗ ਦਿਓ, ਚੰਗੇ ਲੋਕ ਬਣਨ ਦੀ ਕੋਸ਼ਿਸ਼ ਕਰੋ, ਧੋਖੇ ਧੜੀ ਵਾਲਾ ਜੀਵਨ ਖਤਮ ਕਰੋ, ਇੱਕ ਦੂਜੇ ਦਾ ਆਦਰ ਸਨਮਾਨ ਕਰਨਾ ਸਿੱਖੋ, ਜੀਵਨ ਬਚਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਹਰ ਇੱਕ ਇਨਸਾਨ ਦੇ ਵਿੱਚ ਖੁਦਾਈ ਰੂਪ ਹੈ।
ਚਾਹੇ ਉਹ ਗਰੀਬ ਹੈ, ਚਾਹੇ ਉਹ ਅਮੀਰ ਹੈ, ਚਾਹੇ ਉਹ ਕੋਈ ਵੀ ਹੈ, ਉਹਦੇ ਵਿੱਚ ਖੁਦਾ ਦਾ ਰੂਪ ਹੈ। ਅਤੇ ਜਦੋਂ ਅਸੀਂ ਕਿਸੇ ਇਨਸਾਨ 'ਤੇ ਅੱਤਿਆਚਾਰ ਕਰਦੇ ਹਾਂ, ਕਿਸੇ ਇਨਸਾਨ ਨੂੰ ਦੁਖੀ ਕਰਦੇ ਹਾਂ, ਕਿਸੇ ਇਨਸਾਨ ਦੇ ਹੱਕ ਮਾਰਦੇ ਹਾਂ, ਤਾਂ ਖੁਦਾ ਨੂੰ ਗੁੱਸਾ ਹੁੰਦਾ ਹੈ। ਸਾਡੇ ਗੁਨਾਹ ਕੋਈ ਕਤਲ ਦੇ ਨਹੀਂ ਕਿ ਅਸੀਂ ਕਿਸੇ ਦਾ ਕਤਲ, ਸਾਡੇ ਗੁਨਾਹ ਆਹੀ ਹਨ, ਆਪਣੇ ਦਿਲ ਵਿੱਚ ਬੁਰੀਆਂ ਧਾਰਨਾਵਾਂ ਨੂੰ ਜਨਮ ਦੇਣਾ, ਧੋਖੇ ਦੇ ਬਾਰੇ ਸੋਚਣਾ, ਝੂਠ ਬੋਲ ਕੇ ਚਲਾਕੀ ਕਰਕੇ ਦੂਸਰੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨੀ, ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਨੀ, ਇਹ ਗੁਨਾਹ ਜਿਹੜੇ ਨੇ ਆਮ ਗੁਨਾਹ ਨੇ। ਪਰ ਅਸੀਂ ਜਦੋਂ ਦੂਸਰੇ ਇਨਸਾਨ ਦੇ ਵਿਰੁੱਧ ਇਹ ਗੁਨਾਹ ਕਰਦੇ ਹਾਂ, ਖੁਦਾ ਦੇ ਸਰੂਪ ਦਾ ਜੋ ਸਾਡੇ ਵਿੱਚ ਹੈ ਨਿਰਾਦਰ ਕਰਦੇ ਹਾਂ, ਇਸ ਲਈ ਇਹ ਗੁਨਾਹ ਸਜ਼ਾ ਦੇ ਯੋਗ ਹਨ। ਇਹਨਾਂ ਗੁਨਾਹਾਂ ਦੀ ਸਜ਼ਾ ਮਿਲਣੀ ਹੈ ਅਤੇ ਸਾਨੂੰ ਵਾਰ ਵਾਰ ਸੱਦਾ ਦਿੱਤਾ ਜਾਂਦਾ। ਇਸ ਲਈ ਸੰਤ ਪੌਲਸ ਕਹਿੰਦਾ ਕਿ ਜਿਹੜੀ ਹਾਲਤ ਵਿੱਚ ਤੁਸੀਂ ਹੈਗੇ ਹੈ, ਕੁਆਰੇ ਤੇ ਕੁਆਰੇ ਰਹੋ, ਵਿਆਹੇ ਤੇ ਵਿਆਹੇ ਰਹੋ, ਜੇ ਵਿਆਹ ਕਰਨਾ ਚਾਹੁੰਦੇ ਤੇ ਕਰ ਲਓ। ਉਹ ਵੀ ਸੋਚਦੇ ਸੀ ਕਿ ਯਿਸੂ ਮਸੀਹ ਵਾਪਸ ਆ ਰਹੇ, ਇੱਕਦਮ ਥੋੜ੍ਹਾ ਸਮਾਂ, ਪਤਾ ਨਹੀਂ ਕਦੋਂ ਪ੍ਰਭੂ ਆ ਜਾਣ। ਸਾਨੂੰ ਤਿਆਰੀ ਰਹਿਣਾ ਚਾਹੀਦਾ, ਸਾਨੂੰ ਚੰਗੀ ਅਵਸਥਾ ਵਿੱਚ ਰਹਿਣਾ ਚਾਹੀਦਾ, ਖੁਦਾ ਦੇ ਲਈ ਅਸੀਂ ਤਿਆਰ ਰਹਿਣੇ ਚਾਹੀਦੇ ਨੇ। ਕਿਉਂਕਿ ਵਿਆਹਿਆ ਇਨਸਾਨ ਆਪਣੇ ਪਰਿਵਾਰ ਦੇ ਫਿਕਰਾਂ ਵਿੱਚ ਡੁੱਬਦਾ ਹੈ, ਕੁਆਰਾ ਇਨਸਾਨ ਜੋ ਖੁਦਾ ਦੇ ਵਚਨ ਨਾਲ ਲੱਗਦਾ ਹੈ, ਖੁਦਾ ਦੇ ਕੰਮਾਂ ਦੇ ਫਿਕਰ ਕਰਦਾ ਹੈ, ਖੁਦਾ ਦੇ ਵਚਨ ਦਾ ਫਿਕਰ ਕਰਦਾ ਹੈ। ਇਸ ਲਈ ਸੰਤ ਪੌਲਸ ਸਾਨੂੰ ਬਹੁਤ ਵਧੀਆ ਸਿੱਖਿਆ ਦਿੰਦੇ ਕਿ ਜਿਹੜੇ ਹਾਲਾਤ ਵਿੱਚੋਂ ਤੁਸੀਂ ਉਸੇ 'ਚ ਰਹੋ, ਕਿਉਂਕਿ ਪ੍ਰਭੂ ਆ ਰਹੇ ਨੇ, ਤੁਸੀਂ ਪ੍ਰਭੂ ਦੇ ਅੱਗੇ ਚੰਗੇ ਸਿੱਧ ਹੋਵੋਗੇ। ਅਤੇ ਉਹੀ ਚੀਜ਼ ਸਾਨੂੰ ਅੱਜ ਦੱਸੀ ਜਾ ਰਹੀ ਹੈ, ਖੁਦਾ ਦਾ ਰਾਜ ਨੇੜੇ ਆ ਗਿਆ, ਸਮਾਂ ਪੂਰਾ ਹੋ ਗਿਆ, ਪਛਤਾਵਾ ਕਰ ਲਓ। ਨਾਲ ਨਾਲ ਪ੍ਰਭੂ ਯਿਸੂ ਮਸੀਹ ਆਪਣੇ ਪਹਿਲੇ ਚੇਲਿਆਂ ਨੂੰ ਵੀ ਬੁਲਾਉਂਦੇ ਹਨ, ਤਾਂ ਕਿ ਇਹ ਜਿਹੜੀ ਪਛਤਾਵੇ ਦਾ ਕੰਮ ਹੈ, ਇਹ ਜਿਹੜਾ ਖੁਸ਼ਖਬਰੀ ਦਾ ਕੰਮ ਹੈ, ਉਹਨੂੰ ਜਾਰੀ ਰੱਖਿਆ ਜਾਵੇ, ਉਹਨੂੰ ਸਾਰੀਆਂ ਕੌਮਾਂ ਤੱਕ ਲਿਜਾਇਆ ਜਾਵੇ, ਉਸ ਮਿਸ਼ਨ ਨੂੰ, ਉਸ ਖੁਸ਼ਖਬਰੀ ਦੇ ਸੰਦੇਸ਼ ਨੂੰ ਸੰਸਾਰ ਦੀਆਂ ਹੱਦਾਂ ਤੱਕ ਲਿਜਾਇਆ ਜਾਵੇ। ਇਸ ਲਈ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੀ ਵੀ ਚੋਣ ਕਰਦੇ ਨੇ ਕਿ ਕੋਈ ਵੀ ਬੰਦਾ ਬਰਬਾਦ ਨਾ ਹੋਵੇ, ਕੋਈ ਵੀ ਇਨਸਾਨ ਤਬਾਹ ਨਾ ਹੋਵੇ, ਸਾਰਿਆਂ ਕੋਲ ਪ੍ਰਭੂ ਦਾ ਵਚਨ ਪਹੁੰਚਾਇਆ ਜਾਵੇ ਅਤੇ ਸਾਰੇ ਬਚਾਏ ਜਾਣ, ਜਿਸ ਤਰ੍ਹਾਂ ਨਿਨਵੇਂ ਦੇ ਲੋਕ ਬਚਾਏ ਗਏ। ਤਾਂ ਪਿਆਰਿਓ, ਅਸੀਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਚੰਗਾ ਸਮਝੀਏ, ਜਿੰਨੇ ਮਰਜ਼ੀ ਧਾਰਮਿਕ ਸਮਝੀਏ, ਜਿੰਨੇ ਮਰਜ਼ੀ ਅਸੀਂ ਆਪਣੇ ਆਪ ਨੂੰ ਬੇਗੁਨਾਹ ਸਮਝੀਏ, ਪਰ ਕਿਤੇ ਨਾ ਕਿਤੇ ਅਸੀਂ ਖੁਦਾ ਦੇ ਅੱਗੇ ਗੁਨਾਹਗਾਰ। ਸਾਨੂੰ ਪਛਤਾਵੇ ਦੀ ਲੋੜ ਹੈ ਅਤੇ ਨਾਲ ਨਾਲ ਸਾਨੂੰ ਖੁਸ਼ਖਬਰੀ ਦੇ ਸੰਦੇਸ਼ ਨੂੰ ਸੁਣਾਉਣ ਦੀ ਵੀ ਲੋੜ ਹੈ। ਸਿਰਫ ਉਸਨੂੰ ਇਕੱਲਿਆਂ ਕਬੂਲ ਕਰਨਾ ਹੀ ਕਾਫੀ ਨਹੀਂ,
ਪਰ ਇਸ ਖੁਸ਼ਖਬਰੀ ਦੇ ਸੰਦੇਸ਼ ਨੂੰ ਅੱਗੇ ਲੈ ਕੇ ਜਾਣਾ ਵੀ ਸਾਡਾ ਫਰਜ਼ ਹੈ। ਅਤੇ ਆਓ ਅਸੀਂ ਸਭ ਤੋਂ ਪਹਿਲਾਂ ਆਪਣੇ ਪਾਪਾਂ 'ਤੇ ਪਛਤਾਵਾ ਕਰੀਏ, ਪ੍ਰਭੂ ਦੇ ਖੁਸ਼ਖਬਰੀ ਦੇ ਸੰਦੇਸ਼ ਨੂੰ ਕਬੂਲ ਕਰੀਏ, ਆਪਣੇ ਆਪ ਨੂੰ ਖੁਦਾ ਦੇ ਲਾਇਕ ਹੋਣ ਦੇ ਯੋਗ ਬਣਾਈਏ ਅਤੇ ਖੁਸ਼ਖਬਰੀ ਦੇ ਸੰਦੇਸ਼ ਨੂੰ ਅੱਗੇ ਲੈ ਕੇ ਚੱਲੀਏ। ਅੱਜ ਦਾ ਜੋ ਐਤਵਾਰ ਹੈ, ਖੁਦਾ ਦੇ ਸ਼ਬਦ ਦੇ ਐਤਵਾਰ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ। ਆਓ ਅਸੀਂ ਖੁਦਾ ਦੀ ਬਾਣੀ ਨੂੰ ਪਿਆਰ ਕਰਨਾ ਸਿੱਖੀਏ ਅਤੇ ਉਸ ਦੇ ਅਨੁਸਾਰ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰੀਏ। ਆਮੀਨ। ਆਓ ਅਸੀਂ ਸਾਰੇ ਰਲ ਕੇ ਆਪਣੇ ਇਮਾਨ ਦਾ ਐਲਾਨ ਕਰੀਏ ਅਤੇ ਆਖੀਏ, ਰਸੂਲਾਂ ਦਾ ਕਲਮਾ, ਮੈਂ ਖੁਦਾ ਉੱਤੇ ਇਮਾਨ ਰੱਖਦਾ ਹਾਂ ਜਿਹੜਾ ਬਾਪ ਪੂਰੀ ਕੁਦਰਤ ਵਾਲਾ ਆਸਮਾਨ ਅਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਉੱਤੇ ਇਮਾਨ ਰੱਖਦਾ ਹਾਂ ਜਿਹੜਾ ਉਸਦਾ ਇਕਲੌਤਾ ਬੇਟਾ ਅਤੇ ਸਾਡਾ ਖੁਦਾਵੰਦ ਹੈ। ਉਹ ਰੂਹ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਅਮ ਦੇ ਘਰ ਵਿੱਚ ਪਿਆ, ਉਸ ਤੋਂ ਜੰਮਿਆ, ਉਸਨੇ ਪੈਂਤੀ ਪਿਲਾਤੁਸ ਦੇ ਹੱਥ ਵਿੱਚ ਦੁੱਖ ਉਠਾਇਆ, ਸਲੀਬ ਉੱਤੇ ਚਾੜਿਆ ਗਿਆ, ਮਰ ਗਿਆ ਤੇ ਦੱਬਿਆ ਗਿਆ, ਬਰਜ਼ਖ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ, ਆਸਮਾਨ ਉੱਤੇ ਚੜ੍ਹ ਗਿਆ, ਖੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਹੱਥ ਜਾ ਬੈਠਾ, ਜਿੱਥੋਂ ਜਿਉਂਦਿਆਂ ਤੇ ਮੁਰਦਿਆਂ ਦਾ ਇਨਸਾਫ ਕਰਨ ਲਈ ਫਿਰ ਆਵੇਗਾ। ਮੈਂ ਇਮਾਨ ਰੱਖਦਾ ਹਾਂ ਰੂਹ ਪਾਕ ਉੱਤੇ, ਇੱਕ ਪਾਕ ਕੈਥੋਲਿਕ ਕਲੀਸਿਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫੀ, ਜਿਸਮ ਦਾ ਜੁੜਨਾ ਹਮੇਸ਼ਾ ਦੀ ਜ਼ਿੰਦਗੀ ਤੇ। ਆਮੀਨ। ਪਿਆਰੇ ਭਰਾਓ ਤੇ ਭੈਣੋ, ਖੁਦਾ ਬਾਪ ਨੇ ਸਾਨੂੰ ਇੱਥੇ ਇਕੱਠਿਆਂ ਕੀਤਾ ਹੈ ਤਾਂ ਕਿ ਅਸੀਂ ਉਸ ਦੀ ਵਡਿਆਈ ਅਤੇ ਉਸਤਤ ਕਰੀਏ ਅਤੇ ਆਪਣੀਆਂ ਲੋੜਾਂ ਵਿੱਚ ਉਸ ਦੀ ਮਦਦ ਮੰਗੀਏ। ਸਾਡਾ ਅਨੁਵਚਨ ਹੈ, ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਸੰਤ ਪਾਪਾ ਅਤੇ ਸਭਨਾ ਥਾਵਾਂ ਦੇ ਬਿਸ਼ਪ ਸਾਹਿਬਾਨਾਂ ਲਈ ਪ੍ਰਾਰਥਨਾ ਕਰੀਏ ਤਾਂ ਕਿ ਉਹ ਕਲੀਸਿਆ ਦੇ ਆਗੂ ਹੋਣ ਦੇ ਨਾਤੇ ਖੁਸ਼ੀ ਨਾਲ ਖੁਦਾ ਅਤੇ ਉਸਦੇ ਲੋਕਾਂ ਦੀ ਸੇਵਾ ਕਰਦੇ ਰਹਿਣ। ਅਨਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਸਾਮਰਥੀ ਖੁਦਾ, ਪ੍ਰਭੂ ਜੀ ਜੋ ਵੀ ਭੈਣ ਭਰਾ ਪ੍ਰਭੂ ਜੀ ਬਿਮਾਰੀ ਦੇ ਨਾਲ ਪੀੜਿਤ ਹਨ ਮੇਰੇ ਸਾਮਰਥੀ ਖੁਦਾ, ਹੋਸਪਿਟਲਾਂ ਦੇ ਵਿੱਚ ਹਨ ਮੇਰੇ ਪਿਆਰੇ ਪ੍ਰਭੂ ਜੀ, ਆਪਣਾ ਕਿੱਲਾਂ ਵਾਲਾ ਹੱਥ ਛੂਹ ਕੇ ਪ੍ਰਭੂ ਜੀ ਉਹਨਾਂ ਸਾਰਿਆਂ ਦੇ ਉੱਤੇ ਪ੍ਰਭੂ ਜੀ ਆਪਣੀ ਵੱਡੀ ਕਿਰਪਾ ਕਰੋ ਤਾਂ ਕਿ ਉਹ ਮੇਰੇ ਪ੍ਰਭੂ ਜੀ ਆਪਣੇ ਪ੍ਰਭੂ ਜੀ ਜੀਵਨ ਦੇ ਵਿੱਚ ਪ੍ਰਭੂ ਜੀ ਤੁਹਾਨੂੰ ਪ੍ਰਭੂ ਜੀ ਆਪਣਾ ਖੁਦਾਵੰਦ ਖੁਦਾ ਮੰਨਦੇ ਹੋਏ ਤੁਹਾਡੇ ਉੱਤੇ ਵਿਸ਼ਵਾਸ ਕਰਨ। ਅਨਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਅਸੀਂ ਤੁਹਾਡੇ ਮਨ ਬਦਲਾਵ ਦੇ ਸੱਦੇ ਨੂੰ ਕਬੂਲਦੇ ਹਾਂ ਮੇਰੇ ਪਰਮੇਸ਼ਵਰ, ਜਿਵੇਂ ਨੀਨਵਾ ਦੇ ਲੋਕ ਨੇ ਪਰਮੇਸ਼ਵਰ ਆਪਣੇ ਪਛਤਾਵੇ ਨੂੰ ਤੇਰੇ ਸਾਹਮਣੇ ਰੱਖਿਆ, ਖੁਦਾਵੰਦ ਆਪਣੇ ਗੁਨਾਹਾਂ ਤੋਂ ਆਪਣੀਆਂ ਬਦੀਆਂ ਤੋਂ ਮਨ ਫਿਰਾ ਕੇ ਵਰਤ ਰੱਖ ਕੇ ਮੇਰੇ ਪਰਮੇਸ਼ਵਰ ਪਛਤਾਵਾ ਕੀਤਾ। ਅਸੀਂ ਆਪਣੀਆਂ ਬੁਰਿਆਈਆਂ ਨੂੰ ਛੱਡਦੇ ਹਾਂ ਮੇਰੇ ਪਰਮੇਸ਼ਵਰ, ਅਸੀਂ ਆਪਣੇ ਗੁਨਾਹਾਂ ਤੋਂ ਮੁੱਖ ਮੋੜਦੇ ਹਾਂ ਖੁਦਾਵੰਦ, ਉਹ ਤੇਰੇ ਰਾਵਾਂ ਉੱਪਰ ਚੱਲਣ ਲਈ ਆਪਣੇ ਆਪ ਨੂੰ ਢਾਲਦੇ ਹਾਂ ਮੇਰੇ ਪਰਮੇਸ਼ਵਰ, ਕਿਰਪਾ ਕਰਕੇ ਸਾਡੀ ਅਗਵਾਈ ਕਰੋ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਲੋਕਾਂ ਦੇ ਵਾਸਤੇ ਮੇਰੇ ਪਰਮੇਸ਼ਵਰ, ਜਿਹੜੇ ਲੋਕ ਨੀਨਵਾਂ ਦੇ ਵਾਂਗ ਆਪਣੇ ਆਪ ਨੂੰ ਪਾਪ ਦੇ ਵਿੱਚ ਟਾਲ ਰਹੇ ਹਨ, ਗੁਨਾਹਾਂ ਦੇ ਵਿੱਚ ਨਾਸ਼ ਹੋ ਰਹੇ ਹਨ, ਤੇਰਾ ਵਚਨ ਤੇਰਾ ਕਲਾਮ ਉਹਨਾਂ ਤੱਕ ਪਹੁੰਚਾਇਆ ਜਾਵੇ ਮੇਰੇ ਪਰਮੇਸ਼ਵਰ, ਜਿਵੇਂ ਯੂਨਾਨ ਨਬੀ ਨੀਨਵੇਂ ਦੇ ਲੋਕਾਂ ਨੂੰ ਬਚਾਉਣ ਵਿੱਚ ਸਫਲ ਹੋਇਆ, ਉਸੇ ਪ੍ਰਕਾਰ ਤੁਹਾਡੇ ਚੁਣੇ ਹੋਏ ਦਾਸ
ਉਹਨਾਂ ਸਾਰਿਆਂ ਦੀ ਜ਼ਿੰਦਗੀ ਦੇ ਬਚਾਓ ਦਾ ਕਾਰਨ ਬਣ ਸਕਣ। ਅਨੁਵਚਨ ਇਹ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਗੁਆਂਢੀਆਂ ਨੂੰ, ਦੋਸਤਾਂ ਮਿੱਤਰਾਂ ਨੂੰ, ਪਰਉਪਕਾਰੀਆਂ ਨੂੰ ਅਤੇ ਹਰ ਲੋੜਵੰਦ ਨੂੰ ਖੁਦਾ ਦੀ ਹਜ਼ੂਰੀ ਵਿੱਚ ਪੇਸ਼ ਕਰੀਏ। ਇਹਨਾਂ ਸਾਰਿਆਂ ਉੱਤੇ ਖੁਦਾ ਦੀ ਮਿਹਰ ਹੋਵੇ ਅਤੇ ਇਹ ਸਾਰੇ ਲੋਕ ਖੁਦਾ ਦੀ ਬਾਣੀ 'ਤੇ ਧਿਆਨ ਦੇਣ ਅਤੇ ਹਮੇਸ਼ਾ ਉਸ 'ਤੇ ਪਿਆਰ ਨੂੰ ਪਾਉਣ ਲਈ ਤਿਆਰ ਰਹਿਣ। ਅਨੁਵਚਨ ਇਹ ਪ੍ਰਭੂ ਸਾਡੀ ਦੁਆ ਸੁਣ। ਆਓ ਹੁਣ ਅਸੀਂ ਮਾਂ ਮਰੀਮ ਦੀ ਮਦਦ ਮੰਗਦੇ ਹੋਏ ਇਹਨਾਂ ਪ੍ਰਾਰਥਨਾਵਾਂ ਨੂੰ ਖੁਦਾ ਦੇ ਅੱਗੇ ਲਿਜਾਣ ਲਈ ਸਾਰੇ ਆਖੀਏ ਸਲਾਮੇ ਮਰੀਮ। ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਹੈ ਪ੍ਰਭੂ ਖੁਦਾ, ਜੋ ਵੀ ਪ੍ਰਾਰਥਨਾਵਾਂ ਅਤੇ ਨਜ਼ਰਾਨੇ ਤੁਹਾਡੀ ਹਜ਼ੂਰੀ ਵਿੱਚ ਚੜ੍ਹਾਏ ਜਾ ਰਹੇ ਹਨ, ਇਹਨਾਂ ਨੂੰ ਕਬੂਲ ਕਰ ਅਤੇ ਸਾਡੇ ਉੱਤੇ ਆਪਣੀ ਮਿਹਰ ਕਰ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਨਜ਼ਰਾਂ ਤੈਨੂੰ ਚੜਾਵਾਂ ਮੈਂ, ਯਿਸੂ ਸੂਲੀ ਵਾਲ ਸ਼ਫੀ, ਨਜ਼ਰਾਂ ਤੈਨੂੰ ਚੜਾਵਾਂ ਮੈਂ। ਗੀਤ ਤੇਰੇ ਨਾਂ ਦੇ ਸ਼ਫੀ, ਲੋਕਾਂ ਨੂੰ ਸੁਣਾਵਾਂ ਮੈਂ। ਗੀਤ ਤੇਰੇ ਸ਼ਾਫੀ, ਲੋਕਾਂ ਨੂੰ ਸੁਣਾਵਾਂ ਮੈਂ। ਮੈਨੂੰ ਦੇ ਦੇ ਗੁਨਾਹ ਦੀ ਮਾਫੀ, ਆਖਣ ਤੈਨੂੰ ਜਗਦਾ ਸ਼ਾਫੀ। ਮੈਨੂੰ ਦੇ ਦੇ ਗੁਨਾਹਾਂ ਦੀ ਮਾਫੀ, ਆਖਣ ਤੈਨੂੰ ਜਗਦਾ ਸ਼ਾਫੀ। ਦੁੱਖ ਸਹਿਨੇ ਮੈਂ ਤੇ ਕਾਫੀ, ਐਵੇਂ ਨਾ ਰੁਲ ਜਾਵਾਂ ਮੈਂ। ਯਿਸੂ ਸੂਲੀ ਵਾਲ ਸ਼ਾਫੀ, ਨਜ਼ਰਾਂ ਤੈਨੂੰ ਚੜਾਵਾਂ ਮੈਂ, ਨਜ਼ਰਾਂ ਤੈਨੂੰ ਚੜਾਵਾਂ ਮੈਂ, ਨਜ਼ਰਾਂ ਤੈਨੂੰ ਚੜਾਵਾਂ ਮੈਂ। ਪ੍ਰਾਤ ਪੈਨੋ ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਸਾਡਾ ਬਾਪ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਪ੍ਰਭੂ ਸਾਡੇ ਚੜਾਵਿਆਂ ਨੂੰ ਕਬੂਲ ਕਰ ਅਤੇ ਉਹਨਾਂ ਨੂੰ ਪਾਕ ਕਰ, ਬਖਸ਼ ਦੇ ਕਿ ਉਹ ਸਾਡੀ ਨਿਜਾਤ ਲਈ ਲਾਭਦਾਈ ਹੋਣ।
ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ, ਇਹ ਸਹੀ ਅਤੇ ਯੋਗ ਹੈ। ਹੈ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਮਸੀਹ ਦੇ ਜਨਮ ਦੇ ਰਾਹੀਂ ਅਸੀਂ ਮੁੜ ਜਨਮੇ ਹਾਂ। ਉਸ ਦੇ ਦੁੱਖ ਤਸੀਹਾਂ ਦੁਆਰਾ ਅਸੀਂ ਪਾਪਾਂ ਤੋਂ ਆਜ਼ਾਦ ਹੋ ਗਏ ਹਾਂ। ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਰਾਹੀਂ ਅਸੀਂ ਸਦੀਵੀ ਜੀਵਨ ਲਈ ਜਿਵਾਏ ਜਾਂਦੇ ਹਾਂ। ਉਸ ਦੇ ਉਸਮਾਨ ਉੱਤੇ ਚੜ੍ਹ ਕੇ ਤੇਰੇ ਸੱਜੇ ਹੱਥ ਬੈਠਣ ਨਾਲ ਅਸੀਂ ਤੇਰੀ ਸਵਰਗੀ ਬਾਦਸ਼ਾਹ ਵਿੱਚ ਦਾਖਲ ਹੁੰਦੇ ਹਾਂ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਹੈ ਪ੍ਰਭੂ, ਤੂੰ ਸੱਚਮੁੱਚ ਪਾਕ ਹੈ, ਤੂੰ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਉਹਨਾਂ ਨਜ਼ਰਾਨੇ ਨੂੰ ਪਵਿੱਤਰ ਕਰ, ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਹੈ, ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਹੈ, ਕਹਿੰਦੇ ਹੋਏ ਤੁਸੀਂ ਸਾਰੇ ਲਾਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਤਸਦੀਵੀ ਨੇਮ ਦਾ ਲਹੂ ਜੋ ਤੁਹਾਡੇ 'ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਮਾਨ ਦਾ ਭੇਦ। ਇਹ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਇਸ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜ੍ਹਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੇ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੇ ਹੋਏ ਆਪਣੀ ਯਾਤਰੀ ਕਲੀਸੇ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਅਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੇਠੂ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਤਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਸੰਤ ਯੂਸਫ ਦੇ ਨਾਲ,
ਤਿੰਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕਰ, ਆਮੀਨ। ਆਓ ਅਸੀਂ ਸਾਰੇ ਰਲ ਕੇ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ, ਸਾਡੇ ਰੋਜ਼ ਰੋਟੀ ਆ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਹੈ ਪ੍ਰਭੂ ਇਸ ਮਸੀਹ ਤੋਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ, ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸੀਆ ਦੇ ਈਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ, ਤੂੰ ਜੋ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ, ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ, ਧੰਨ ਉਹ ਹਨ ਜੋ ਇਸ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਸਿਉਂ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਲੈ ਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਜੀ ਕੇ ਵੇਖ ਲੈ ਸਾਰੇ ਰਸਤੇ ਬੁਰਾਈ ਵਾਲੇ ਭੁੱਲ ਜਾਵੇਗਾ। ਆ ਜਾ ਯਿਸੂ ਦੀਆਂ ਰਾਹਾਂ ਵਿੱਚ ਜੀ ਕੇ ਵੇਖ ਲੈ ਸਾਰੇ ਰਸਤੇ ਬੁਰਾਈ ਵਾਲੇ ਭੁੱਲ ਜਾਵੇਗਾ। ਤੈਨੂੰ ਕਰੇ ਜ਼ੋਰਾਂ ਵੇ ਦੇਖ ਰੂਹ ਆਪਣਾ ਜਦੋਂ ਉਸ ਦੇ ਲਹੂ ਦੇ ਨਾਲ ਭੁੱਲ ਜਾਵੇਗਾ। ਆਪਣਾ ਜਦੋਂ ਉਸ ਦੇ ਲਹੂ ਦੇ ਨਾਲ ਭੁੱਲ ਜਾਵੇਗਾ।
ਹਰ ਬੰਦ ਰਸ ਤੈਨੂੰ ਯਸੂ ਤੇਰਾ ਖੋਲੇਗਾ, ਹਰ ਬੰਦ ਰਸ ਤੈਨੂੰ ਯਸੂ ਤੇਰਾ ਖੋਲੇਗਾ, ਤੇਰੇ ਹੱਕ ਵਿੱਚ ਤੇਰਾ ਰੱਬ ਸਦਾ ਬੋਲੇਗਾ, ਤੇਰੇ ਹੱਕ ਵਿੱਚ ਸਦਾ ਰੱਬ ਤੇਰਾ ਬੋਲੇਗਾ, ਤੇਰੇ ਹੱਕ ਵਿੱਚ ਤੇਰਾ ਰੱਬ ਸਦਾ ਬੋਲੇਗਾ, ਤੇਰੇ ਹੱਕ ਵਿੱਚ ਸਦਾ ਰੱਬ ਤੇਰਾ ਬੋਲੇਗਾ। ਉਹਦੀ ਮੈਂ ਤਾਂ ਪਿਆਲਾ ਜ਼ਰਾ ਪੀ ਕੇ ਵੇਖ ਲੈ, ਸਾਰੇ ਰਸਤੇ ਬੁਰਾਈ ਵਾਲੇ ਭੁੱਲ ਜਾਵੇਗਾ, ਉਹਦੀ ਮੈਂ ਤਾਂ ਪਿਆਲਾ ਜ਼ਰਾ ਪੀ ਕੇ ਵੇਖ ਲੈ, ਸਾਰੇ ਰਸਤੇ ਬੁਰਾਈ ਵਾਲੇ ਭੁੱਲ ਜਾਵੇਗਾ। ਆ ਜਾ ਯਸੂ ਦੀਆਂ ਰਾਹਾਂ ਵਿੱਚ ਜੀ ਕੇ ਵੇਖ ਲੈ, ਸਾਰੇ ਰਸਤੇ ਬੁਰਾਈ ਵਾਲੇ ਭੁੱਲ ਜਾਵੇਗਾ। ਆ ਜਾ ਯਸੂ ਦੀਆਂ ਰਾਹਾਂ ਵਿੱਚ ਜੀ ਕੇ ਵੇਖ ਲੈ, ਸਾਰੇ ਰਸਤੇ ਬੁਰਾਈ ਵਾਲੇ ਭੁੱਲ ਜਾਵੇਗਾ, ਸਾਰੇ ਰਸਤੇ ਬੁਰਾਈ ਵਾਲੇ ਭੁੱਲ ਜਾਵੇਗਾ। ਪ੍ਰਭੂ ਵੱਲ ਵੇਖੋ ਤੇ ਤੇਜਸ਼ਵੀ ਬਣੋ, ਆਪਣੇ ਚਿਹਰਿਆਂ ਨੂੰ ਸ਼ਰਮਿੰਦਿਆਂ ਨਾ ਹੋਣ ਦਿਓ। ਅਸੀਂ ਪ੍ਰਾਰਥਨਾ ਕਰੀਏ। ਹੈ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹਨਾਂ ਪਾਕ ਭੇਦਾਂ ਵਿੱਚ ਤੂੰ ਸਾਨੂੰ ਆਪਣੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਚਾਇਆ ਹੈ। ਬਖਸ਼ ਦੇ ਕਿ ਸਾਨੂੰ ਨਵਾਂ ਜੀਵਨ ਦੇਣ ਵਾਲੇ ਇਸ ਤੋਹਫ਼ੇ ਦੇ ਲਈ ਅਸੀਂ ਸਦਾ ਖੁਸ਼ੀ ਮਨਾਈਏ ਅਤੇ ਤੇਰੇ ਸ਼ੁਕਰਗੁਜ਼ਾਰ ਬਣੇ ਰਹੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ, ਬਾਪ, ਬੇਟਾ ਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ, ਪ੍ਰਭੂ ਦੀ ਸ਼ਾਂਤੀ ਵਿੱਚ ਜਾਈ, ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਪਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੇ ਤੂੰ ਖਾਲੀ ਕਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਮੈਂ ਦੇ ਧਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾ ਨੂੰ ਹਕੀਨ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਤੇ ਕਬੂਲ ਕਰ। ਆਮੀਨ। ਸ਼ਾਂਤੀ ਦੀ ਰਾਣੀ ਮੁਬਾਰਕ ਮਾਂ ਮਰੀਮ, ਸਾਡੇ ਲਈ ਦੁਆ ਕਰ। ਬਦਲ ਗਿਆ, ਬਦਲ ਗਿਆ ਮੇਰਾ ਸਾਰਾ ਜੀਵਨ, ਬਦਲ ਗਿਆ, ਬਦਲ ਗਿਆ, ਬਦਲ ਗਿਆ ਮੇਰਾ ਸਾਰਾ ਜੀਵਨ, ਬਦਲ ਗਿਆ, ਬਦਲ ਗਿਆ, ਬਦਲ ਗਿਆ ਮੇਰਾ ਸਾਰਾ ਜੀਵਨ, ਬਦਲ ਗਿਆ, ਬਦਲ ਗਿਆ, ਬਦਲ ਗਿਆ ਮੇਰਾ ਸਾਰਾ ਜੀਵਨ, ਬਦਲ ਗਿਆ। ਰੂਹੇ ਪਾਕ ਦੀ ਸੰਗਤ ਦੇ ਨਾਲ, ਰੂਹੇ ਪਾਕ ਸੰਗਤ ਦੇ ਨਾਲ, ਰੂਹੇ ਪਾਕ ਦੀ ਸੰਗਤ ਦੇ ਨਾਲ, ਰੂਹੇ ਪਾਕ ਦੀ ਸੰਗਤ ਦੇ ਨਾਲ, ਉੱਠਣਾ ਬਹਿਣਾ ਬਦਲ ਗਿਆ,
बदल गया, बदल गया मेरा सारा जीवन, बदल गया, बदल गया, बदल गया मेरा सारा जीवन, बदल गया। रूहे पाक दी संगत दे नाल, रूहे पाक दी संगत दे नाल, उठना बैना बदल गया, बदल गया, बदल गया मेरा सारा जीवन, बदल गया, बदल गया, बदल गया मेरा सारा जीवन, बदल गया। ਇੱਕ ਇੱਕ ਬੂੰਦ ਦੇ ਵਿੱਚ ਨੇ ਵੇਖੋ ਸਾਵਾਂ ਲਿਖੀਆਂ, ਸਾਵਾਂ ਲਿਖੀਆਂ, ਕੀਤਾ ਜੋ ਕਬੂਲ ਤੇ ਕਾਲੀਆਂ ਰਾਤਾਂ, ਰਾਤਾਂ ਮੁੱਕੀਆਂ, ਰਾਤਾਂ ਮੁੱਕੀਆਂ, ਦਿਲ ਦੇ ਵਿੱਚ ਹੁਣ ਵਸਦਾ ਵੇਖੋ, ਦਿਲ ਦੇ ਵਸਦਾ ਵੇਖੋ, ਦਿਲ ਦੇ ਵਿੱਚ ਹੁਣ ਵਸਦਾ ਵੇਖੋ, ਦਿਲ ਦੇ ਵਿੱਚ ਹੁਣ ਵਸਦਾ ਵੇਖੋ, ਦਿਲ ਦੀ ਧੜਕਣ ਬਦਲ ਗਿਆ, ਬਦਲ ਗਿਆ, ਬਦਲ ਗਿਆ ਮੇਰਾ ਸਾਰਾ ਜੀਵਨ, ਬਦਲ ਗਿਆ, ਬਦਲ ਗਿਆ, ਬਦਲ ਗਿਆ ਮੇਰਾ ਸਾਰਾ ਜੀਵਨ, ਬਦਲ ਗਿਆ, ਬਦਲ ਗਿਆ, ਬਦਲ ਗਿਆ ਮੇਰਾ ਸਾਰਾ ਜੀਵਨ, ਬਦਲ ਗਿਆ।